ਆ ਸ਼ਿਵ ਮੂਰਤੀ ਤਰਾਹਾ ਤੇ ਇਹਦੇ ਨਾਲ ਆ ਜਾਂਦੀ ਆ ਗਲੀ ਇਹਦੇ ਵਿੱਚ ਆ ਅਸ਼ੋਕ ਹੋਟਲ ਆ ਸ਼ਿਵ ਮੂਰਤੀ ਤਰਾਹਾ ਆ ਤੇ ਇਹਦੇ ਨਾਲ ਆ ਸਾਹਮਣੇ ਹੈਗਾ ਰੇਲਵੇ ਸਟੇਸ਼ਨ ਤੇ ਇਹਦੇ ਨਾਲ ਹੀ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਆ ਤੇ ਰੇਲਵੇ ਸਟੇਸ਼ਨ ਦੇ ਨਾਲ ਆ ਸ਼ਿਵ ਮੂਰਤੀ ਤਰਾਹਾ ਤੇ ਆ ਗਲੀ ਆ ਇਹਦੇ ਵਿੱਚ ਆ ਸ਼ਿਵ ਮੂਰਤੀ ਤਰਾਹੇ ਤੋਂ ਜਦੋਂ ਅੰਦਰ ਨੂੰ ਆ ਕੇ ਨਾ ਥੋੜ੍ਹਾ ਜਿਹਾ ਅੱਗੇ ਆ ਕੇ ਫਿਰ ਇਹ ਅਸ਼ੋਕ ਹੋਟਲ ਆਉਂਦਾ ਆ ਗਲੀ ਦੇ ਵਿੱਚ ਹੀ ਆ ਰੋਡ ਦੇ ਉੱਤੇ ਹੀ ਆ ਇਹ ਅੰਦਰ ਆ ਜਾਣਾ ਇਹ ਅਸ਼ੋਕ ਹੋਟਲ ਆ ਇਹ ਸਾਹਮਣੇ ਰਿਸੈਪਸ਼ਨ ਆ ਅਤੇ ਇੱਥੋਂ ਤੁਸੀਂ ਕਮਰਾ ਬੁੱਕ ਕਰ ਸਕਦੇ ਹੋ ਆਪਣਾ ਆਧਾਰ ਕਾਰਡ ਦੇ ਦੇਣਾ ਆ ਜਿੰਨੇ ਵੀ ਜੀ ਹੋ ਤੁਸੀਂ ਅਤੇ ਕਮਰਾ ਬੁੱਕ ਕਰ ਲਿਓ ਇਹ ਹੋਟਲ ਦੇ ਨੰਬਰ ਨੇ ਅਤੇ ਇਹਨਾਂ ਦੇ ਸੰਪਰਕ ਤੁਸੀਂ ਕਰ ਸਕਦੇ ਹੋ ਅਤੇ ਇਹ ਬਹੁਤ ਜ਼ਰੂਰੀ ਹੁੰਦੇ ਨੇ ਮੇਨ ਹੈ ਹੀ ਨੇ ਇਹਨਾਂ ਨਾਲ ਸੰਪਰਕ ਕਰਨਾ ਆਹ ਨੰਬਰ ਨੇ ਜੀ ਇਹਨਾਂ ਦੇ ਇਹ ਇੱਧਰ ਨੂੰ ਰੂਮ ਨੇ ਜਿੱਧਰ ਨੂੰ ਅਸੀਂ ਜਾ ਰਹੇ ਹਾਂ ਅਤੇ ਇਹਦੇ ਅੰਦਰ ਐਂਟਰ ਹੋ ਕੇ ਲਿਫਟ ਲੱਗੀ ਹੋਈ ਆ ਅਤੇ ਪੌੜੀਆਂ ਨੇ ਅਤੇ ਰੂਮ ਵਾਲੀ ਨੂੰ ਜਾ ਸਕਦੇ ਹਾਂ ਅਤੇ ਆਹ ਇਹਨਾਂ ਦਾ ਪੂਜਾ ਰੂਮ ਬਣਾਇਆ ਹੋਇਆ ਆ ਇਹ ਸਾਡੇ ਰੂਮ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਕੈਮਰਾ ਐਂਟਰ ਹੋ ਗਿਆ ਅੰਦਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਨਾ ਇਹ ਰੂਮ ਲਿਆ ਸੀ ਹਰਿਦੁਆਰ ਆਏ ਹੋਏ ਹਾਂ ਅਤੇ ਅਸ਼ੋਕ ਹੋਟਲ ਵਾਲੇ ਨੇ ਇਹ ਜਾਣੀ ਸਾਨੂੰ ਤਾਂ ਇਹ ਬੰਦੇ ਬਹੁਤ ਵਧੀਆ ਲੱਗੇ ਨੇ ਬਹੁਤ ਵਧੀਆ ਨੇਚਰ ਹੈ ਇਹਨਾਂ ਬੰਦਿਆਂ ਦਾ ਅਤੇ ਇਹ ਰੂਮ ਲਿਆ ਅਸੀਂ ਏਸੀ ਰੂਮ ਆ ਇਹ ਏਸੀ ਲੱਗਿਆ ਹੋਇਆ ਇਹਦੇ ਵਿੱਚ ਅਤੇ 700 ਰੁਪਏ 'ਤੇ ਸਿਰਫ ਸਾਨੂੰ ਰੂਮ ਮਿਲ ਗਿਆ ਇਹ ਬਹੁਤ ਵਧੀਆ ਰੂਮ ਆ ਸਾਫ਼ ਸੁਥਰਾ ਰੂਮ ਆ ਇੱਕ ਆ ਡਬਲ ਬੈੱਡ ਆ ਅਤੇ ਆਹ ਅਟੈਚ ਬਾਥਰੂਮ ਆ ਇਹਦੇ ਵਿੱਚ ਅਤੇ ਉਹ ਬਾਲਕੋਨੀ ਆ ਉੱਧਰ ਅਤੇ ਜਾਣੀ ਸਭ ਕੁਛ ਸੈੱਟ ਆ ਵਧੀਆ ਇਹ ਰੂਮ ਦੇ ਵਿੱਚ ਆਹ ਬਾਲਕੋਨੀ ਆ ਆਹ ਟੀ ਵੀ ਲੱਗਿਆ ਹੋਇਆ ਵਾਈ ਫਾਈ ਦੀ ਸੁਵਿਧਾ ਵਿੱਚ ਇਹਦੇ ਆਹ ਬਾਲਕੋਨੀ ਆ ਇਹਦੇ ਵਿੱਚ ਅਤੇ ਆਹ ਇਹਦਾ ਨਾਮ ਆ ਹੋਟਲ ਅਸ਼ੋਕ ਆਹ ਇਹਦਾ ਨਾਮ ਆ ਅਸ਼ੋਕ ਹੋਟਲ ਆਹ ਰੂਮ ਆ ਅਤੇ ਏ ਸੀ ਰੂਮ ਸਾਨੂੰ 700 ਰੁਪਏ ਦੇ ਵਿੱਚ ਮਿਲ ਗਿਆ ਇਹ ਬਹੁਤ ਵਧੀਆ ਰੂਮ ਆ ਅਟੈਚ ਲੈਟਰਨ ਬਾਥਰੂਮ ਵੀ ਬਹੁਤ ਵਧੀਆ ਆ ਅਤੇ ਅਸੀਂ ਇਹਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਇਹਨਾਂ ਦਾ ਐਡਰੈਸ ਮੋਬਾਈਲ ਨੰਬਰ ਜ਼ਰੂਰ ਪਾਵਾਂਗੇ ਜੇ ਕਿਸੇ ਬੰਦੇ ਨੂੰ ਹੋਵੇ ਤਾਂ ਇਹਨਾਂ ਬੰਦਿਆਂ ਨਾਲ ਜ਼ਰੂਰ ਸੰਪਰਕ ਕਰਿਓ ਸ਼ਿਵ ਮੂਰਤੀ ਤਰਾਹਾ ਜਿਹੜਾ ਉਹ ਤੋਂ ਅੰਦਰ ਨੂੰ ਆ ਕੇ ਗੁਜਰਾਤੀ ਧਰਮਸ਼ਾਲਾ ਦੇ ਨਾਲ ਆਏ ਅਸ਼ੋਕ ਹੋਲਟਨ ਇਹਨਾਂ ਦਾ ਸਾਥ ਦਿਓ ਬਹੁਤ ਵਧੀਆ ਬੰਦੇ ਨੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸ਼ੋਕ ਹੋਟਲ ਆ ਜਿਹੜਾ ਅਸੀਂ ਤੁਹਾਨੂੰ ਦੱਸਿਆ ਆ ਇਹ ਉਹਦਾ ਉੱਪਰ ਤੋਂ ਛੱਤ ਦੇ ਉੱਤੋਂ ਵੀਡੀਓ ਬਣਾਈ ਹੋਈ ਆ ਅਸੀਂ ਇਹ ਸਾਹਮਣੇ ਦੇਖੋ ਮਨਸਾ ਦੇਵੀ ਮਾਤਾ ਦਾ ਮੰਦਿਰ ਵੀ ਦਿੰਦਾ ਆ ਦੇਖੋ ਪਹਾੜ ਕਿੰਨਾ ਵਧੀਆ ਤੁਸੀਂ ਯਕੀਨ ਮੰਨਿਓ ਬਹੁਤ ਵਧੀਆ ਲੱਗ ਰਿਹਾ ਆ ਅੱਜ ਅਸੀਂ ਆਏ ਹੋਏ ਹਾਂ 7 ਅਪ੍ਰੈਲ ਆ ਜਿਹੜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਆ ਜਿਹੜੀ ਬਹੁਤ ਵਧੀਆ ਵਿਊ ਆ ਇਹ ਔਰ ਦੇਖੋ ਤੁਸੀਂ ਕਿੰਨਾ ਸੋਹਣਾ ਆ ਬਾਕੀ ਜੀ ਬਾਈ ਜੀ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ